ਕਰਕੇ ਸੱਠ ਲੈ ਪੰਜਾ ਸਾਲ ਸਾਡਾ ਕੇ ਮੁਨਾਫਿਆ ਲਾ ਇਹਦਾ ਮਤਲਬ ਇਹ ਕਿ ਨਾ ਸੱਠ ਰੁਪਏ ਦੀ ਚੀਜ਼ ਲਈ ਹੈ ਨਾ ਤੇ 50 ਰੁਪਏ ਦੇ ਦੇ ਬਸ ਸਾਡਾ ਕੋਈ ਤਲਕ ਨਹੀਂ ਮੁਨਾਫਿਆ ਦੇ ਮੈਂ ਤੁਹਾਨੂੰ ਇੱਕ ਆਪਣੇ ਪੰਜਾਬੀ ਦੀ ਕਹਾਵਤ ਸੁਣਾਉਣਾ ਵਾ ਕਿ ਸੱਠ ਲੈ ਪੰਜਾ ਸਾਲ ਸਾਡਾ ਕੇ ਮੁਨਾਫਿਆ ਲਾ ਇਹਦਾ ਮਤਲਬ ਇਹ ਕਿ ਨਾ 60 ਰੁਪਏ ਦੀ ਚੀਜ਼ ਲਈ ਹੈ ਨਾ ਤੇ 50 ਰੁਪਏ ਦੇ ਦੇ ਬਸ ਸਾਡਾ ਕੋਈ ਤਲਕ ਨਹੀਂ ਮੁਨਾਫਿਆ ਦੇ ਨਾਲ ਸੜਕਾਂ ਦੇ ਵਿੱਚ ਕੁਛ ਹੋਇਆ ਸਮਾਨ ਉਠਾਉਣ ਆਇਆ ਵਾ ਮੋਟਰ ਖਰਾਬ ਹੋ ਗਿਆ ਸਾਰਾ ਜੁਰਮਾਨਾ ਮੈਨੂੰ ਪੈ ਗਿਆ ਸਮਾਨ ਅੱਜ ਦਾ ਕਾਫੀ ਲੇਟ ਹੋ ਚੁੱਕੀ ਹੈ ਇਸ ਲਈ ਮੈਂ ਇਹਦੇ ਬਾਰੇ ਬਤਾ ਦਿੰਦਾ ਜੋ ਕਿ ਇਹ ਸਾਡੇ ਮਕੈਨਿਕ ਲੱਗੇ ਨੇ ਉਹ ਦੇਖ ਸਕਦੇ ਮਕੈਨਿਕ ਸਾਹਿਬ ਜ਼ਰਾ ਥੋੜ੍ਹਾ ਦੇਖਣਾ ਇਹ ਮਕੈਨਿਕ ਹੈ ਸਾਡਾ ਤੈਨੂੰ ਕੀ ਮਸਲਾ ਆਇਆ ਮਕੈਨਿਕ ਸਾਹਿਬ ਇਹਦਾ ਇੱਕ ਦਾਣਾ ਖਰਾਬ ਹੈ ਤੇ ਯੂਨਿਟ ਦਾਣਾ ਤੇ ਯੂਨਿਟ ਦੋਨੋਂ ਖਰਾਬ ਹਨ ਜੀ ਅੱਛਾ ਕਿਦਾਂ ਖਰਚਾ ਸੀ ਇਸ ਤੇ ਇਹ ਹੁਣ 600 ਦਾ ਤੇ ਪੈਨ ਬਜਾ ਆ ਯੂਨਿਟ ਯੂਨਿਟ ਅੱਛਾ 300 ਰੁਪਏ ਦਾ ਦਾਣਾ ਹੋਣਾ ਤੁਹਾਡਾ ਅੱਛਾ ਬਾਕੀ ਮਜ਼ਦੂਰੀ ਆਉਣੀ ਰੁਪਈਆ ਜਿਹੜਾ ਤਾਂ 1500 ਜਿਹੜਾ ਹੈ ਗੋਲ ਕਰ ਛੋਣਾ ਗੋਲ ਕਰ ਤੇਰੀ ਖੈਰ ਅਸੀਂ ਅਜੇ ਤੱਕ ਕਮਾਇਆ ਸੀ ਅਸੀਂ ਖਰਚਾ ਕਰ ਦਿੱਤਾ ਇਹ ਮੇਰਾ ਸਨਾਨ ਹੈ ਮੈਂ ਚੱਲੇ ਤੇ ਮੇਰਾ ਅੱਛਾ ਬੰਦ ਕੀਤਾ ਉਸ ਬਸ ਸਟਾਨ ਵੇਖ ਰੱਖਿਆ ਤਾਂ ਮੁੱਧ ਹੋ ਗਿਆ ਇਸ ਲਾਨਤ ਮਾਰ ਲਏਗਾ ਫਿਲਹਾਲ ਇਹ ਵੀ ਤੰਗ ਖਲੋਤਾ ਤੰਗ ਮੈਂ ਵੀ ਬਹੁਤ ਖਲੋਤਾ ਥੱਕਾ ਮੈਂ ਵੀ ਬੜਾ ਖਲੋਤਾ ਥੱਕਾ ਹੀ ਖਲੋਤਾ ਉਹ ਮਜ਼ਬੂਰੀ ਸਮਾਨ ਵੀ ਲੈ ਜਾਣਾ ਤੇ ਬਾਕੀ ਆਪਣੇ ਉਸਤਾਦ ਸਾਹਿਬ ਕੋਲ ਪੁੱਛਣਾ ਹੋਵੇ ਸਾਡੇ ਨਾਲ ਕੀ ਕਰਨਾ ਕੀ ਕੀਤਾ ਪਾਏ ਨਾ ਜੀ ਜੀ ਕੰਮ ਸਹੀ ਕਰ ਰਹੇ ਹੋ ਨਾ ਜੀ ਜੀ ਚਲ ਹੁਣ ਮੈਂ ਡਿਸਟਰਬ ਨਾ ਕਰਦਾ ਟਾਈਮ ਜ਼ਿਆਦਾ ਹੋ ਸੀ ਹੈ ਜੀ ਜੀ ਲਾਟਾਂ ਤੇ ਲੱਗੇ ਬੈਠਾਂ ਜੀ ਅੱਲਾ ਕਰੇ ਠੀਕ ਹੋ ਜਾਏ ਜਿਹੜਾ ਮਸਾ ਘੱਟੀ ਬੈਠਾ ਹੋ ਹੀ ਹੋ ਕੋਈ ਹੋਰ ਨਾ ਹੋਏ ਹਾਂ ਇਹ ਵੀ ਸਾਡੀ ਦੁਆ ਹੈ ਜੀ ਸੇ ਬਾਈ ਚੜ੍ਹ ਕੇ ਨਿਕਲ ਗਿਆ ਹੋਰ ਨਿਕਲੇ ਬੱਦਾ ਪਾਸਾ ਤਾਂ ਇਹ
ਉਸਤਾਦ ਜੀ ਕਿਵੇਂ ਦੇ ਰਹੇ? ਅੱਜ ਦਾ ਨਾ ਜੇ ਤਾਰਾ ਸੇ ਵੀ ਤਾਰਾ ਦੇ ਅੱਛਾ। ਹਾਂਜੀ ਉਸਤਾਦ, ਕਿੰਨਾ ਟਾਈਮ ਲੱਗ ਗਿਆ ਸੀ? ਹਾਂ ਅੰਦਾਜ਼ਾ ਤੇ ਅੱਧੇ ਘੰਟਾ ਲੱਗ ਗਿਆ, ਘੰਟਾ ਲੱਗ ਗਿਆ ਬਿਲਕੁਲ, ਅੱਧਾ ਘੰਟਾ ਜੇ ਹੋਰ ਲੱਗ ਗਿਆ ਸੀ। ਉਸ ਤੋਂ ਬਾਅਦ ਹੀ ਉਮੀਦ ਹੈ, ਪਤਾ ਨਹੀਂ ਠੀਕ ਹੋਏਗਾ ਨਹੀਂ ਹੋਏਗਾ। ਫੈਸਲ ਭਾਈ ਨੂੰ ਬੜਾ ਤਕਲੀਫ ਦੇ ਰਿਹਾ, ਫੈਸਲ ਭਾਈ ਜਰਾ ਉਹਨੂੰ, ਫੈਸਲ ਭਾਈ ਨੇ ਸਾਡੇ ਕੋਲ, ਅਸੀਂ ਨਾ ਡਿਸਟਰਬ ਕਰ ਰਹੇ ਹਾਂ, ਤੰਗ ਕਰ ਰਹੇ ਹਾਂ ਭਾਈ ਜੀ, ਮਾਰਿਆ ਇਸ ਵੇਲੇ ਤੋਂ ਅਸੀਂ ਨਾਲੇ ਕੋਲ ਸਮਾਨ ਲਿਆ ਮਾਰਬਲ ਉਸ ਵਾਸਤੇ, ਇਹ ਵੀ ਖੜੇ ਨੇ, ਅਸੀਂ ਵੀ ਖੜੇ ਹਾਂ, ਲੋਡਰ ਥੋੜ੍ਹਾ ਖਰਾਬ ਹੋ ਗਿਆ, ਠੀਕ ਮਕੈਨਿਕ ਕੋਲ ਕਰਵਾ ਰਹੇ ਹਾਂ, ਲੇਕਿਨ ਉਸ 'ਤੇ ਟਾਈਮ ਲੱਗ ਗਿਆ, ਹੁਣ ਵੇਖ ਲਈ ਇਸ 'ਤੇ ਕਿਰਾਇਆ ਕਰਨਾ ਨਾਲ ਲੈ ਰਹੇ ਹਾਂ। ਸਾਡੇ ਕੋਲ ਮਕੈਨਿਕ ਸਾਹਿਬ ਮੌਜੂਦ ਨੇ, ਬੜੀ ਸਾਹਿਬ ਕਿੰਨੀ ਦੇਰ ਲੱਗ ਗਿਆ ਸਰ? ਭਾਈ ਤਕਰੀਬਨ ਹੁਣ ਤਾਂ ਆਉਣਾ ਪੰਜ ਸੁਬਾ ਜਿਹੜਾ ਸੁਬਾ, ਅੱਛਾ ਅਸੀਂ ਇੱਥੋਂ ਇੱਥੇ ਤੇਰੇ ਕੋਲ ਖੜਾ ਕਰ ਦਿੱਤੀ ਹੈ। ਚਲੋ ਵੀਰ, ਅਸੀਂ ਹੁਣ ਰੱਖਿਆ ਲੋਡਰ ਹੈ ਬੱਟੀ ਸਾਹਿਬ ਕੋਲ ਖੜਾ ਕਰਨਾ, ਕੱਲ੍ਹ ਕੀ ਕਰਦੇ ਸਰ ਤਿੰਨ ਸ਼ਾਲ ਅਸੀਂ ਕਵਰ ਕਰ ਲੈਂਦਾ ਹਫ਼ਤੇ ਵੱਲ ਸੀਗਾ, ਠੀਕ ਕੱਲ੍ਹ ਤੁਸੀਂ ਛੁੱਟੀ ਕਰ ਲੈਣੀ, ਤੁਸੀਂ ਛੁੱਟੀ ਕਰ, ਮੈਂ ਤਾਂ ਚਲੋ ਤੁਸੀਂ ਕਰਦੇ ਸਨ, ਠੀਕ ਬੜੀ ਅੱਛੀ ਤਰ੍ਹਾਂ, ਠੀਕ ਓਕੇ ਹੋਵੇ ਤਾਂ ਨਾ ਸਲਾ ਕਰੇ ਸਾਈਡ ਜਾ ਸਾਰੀ ਵੀਰ ਸਭ ਸਭ ਫਾਰ ਕੋਣ ਅਸੀਂ ਜਾ ਰਹੇ ਹਾਂ, ਅਸੀਂ ਆਪਣਾ ਅੱਜ ਦਾ ਵਿਆਹ ਕਿਤੇ ਖਤਮ ਕਰਨੇ, ਹਸਦੇ ਰਹੋ ਵਸਦੇ ਰਹੋ ਤੇ ਟਾਲਾ ਚਲਾਓ।